ਸੰਗੀ ਲੁੱਟਿਆਂ ਕਦਣ ਮਹੱਲ ਪਾਉਂਦੇ ਨਸਲਾਂ ਦੀ ਲਾਹ ਦੋ ਵਹਿੰਦੀ ਅਤੇ ਟੱਕ ਲੱਗਦਣ ਜਦਣ ਕਿਆਰਿਆਂ ਨੂੰ ਫਸਲਾਂ ਦੀ ਲਾਹ ਦੋ ਵਹਿੰਦੀ ਅਤੇ ਜਦੋਂ ਜ਼ਰਫ ਉਸਮਾਨ ਫਰੋ ਲੀਏ ਚਾ ਸਲਾਂ ਦੀ ਲਾਹ ਦੋ ਵਹਿੰਦੀ ਮੁੱਛਾਂ ਚੂਪਿਆਂ ਕਦਣ ਤਰੇ ਲਾਂਦੀ ਖਸਲਾਂ ਦੀ ਲਾਹ ਦੋ ਵਹਿੰਦੀ ਜਦੋਂ ਵਖਤ ਉਸਮਾਨ ਚਮੂ ਪਰਤਨ ਧੱਕੇ ਲੋਕ ਮਰੇਂਦੇ ਡਿੱਠਣ ਅਤੇ ਜਿਹੜੇ ਹੱਥ ਕਦਮਾਂ 'ਤੇ ਰਹਿੰਦੇ ਹਨ ਗਲਵੀਣ ਨ ਪੈਂਦੇ ਡਿੱਠਣ ਅਤੇ ਜਿਹੜੇ ਤੀਨ ਤੇਰਾ ਵਿੱਚ ਨਹੀਂ ਆਉਂਦੇ ਉਹ ਵੀ ਤੰਜ਼ ਕਰੇਂਦੇ ਡਿੱਠਣ ਜਿਹਨੂੰ ਆਪਣੇ ਖੂਨ ਦੀ ਸੁਰਕ ਆਈ ਨਹੀਂ ਉਹ ਸ਼ਾਹ ਸਦ ਵਹਿੰਦੇ ਡਿੱਠਣ ਡਿੱਠ ਸਹਿਜ ਹੈ ਮਾਲਕ ਸ਼ਾਹੀਆਂ ਦੇ ਸੰਗਤਾਂ ਦੀ ਚਸ ਨੂੰ ਲਾਉਂਦਿਨ ਤਾਂ ਕਈ ਵੇਖਣ ਸੰਗਤ ਨੂੰ ਬਦ ਨਸਲੇ ਇਤਬਾਰ ਬਣਾ ਕੇ ਮੋਹਦਿਨ ਅਤੇ ਲੱਖ ਸ਼ਾਬਸ਼ ਰਾਠ ਗਰੀਬਾਂ ਨੂੰ ਮੋਢੇ ਨਾਲ ਉਸਮਾਨ ਖਲੋਂਦਿਨ ਕੁੱਤੇ ਹਰ ਕੋਈ ਨਸਲੀ ਰੱਖ ਲੈਂਦਾ ਸਾਈਂ ਕੋਈ ਕੋਈ ਨਸਲੀ ਹੁੰਦਿਨ 90% ਅੱਜ ਕੱਲ੍ਹ ਲਿਖਦੇ ਨਾ ਘਰੋਂ ਚਿੱਕੇ ਹੋਏ ਭੁੱਖੇ ਬਦਮਾਸ਼ਨ ਤਾਂ ਪੱਤੇ ਸਮਝ ਕੇ ਤਾਸ਼ ਦੇ ਵੇਖਿਆ ਏ ਵਰਤੇਂਦੇ ਲੋਕ ਅਯਾਸ਼ਨ ਅਤੇ ਬਾਕੀ ਦੁਸ਼ਮਣ ਦਾਰਨ ਦਾ ਫੀਸਦ ਇਸੇ ਮਨੁੱਖ ਤੋਂ ਜੀਂਦੀ ਲਾਸ਼ਨ ਵੱਡਾ ਜ਼ੁਲਮ ਉਸਮਾਨ ਸ਼ਰੀਫਾਂ ਦੇ ਨਿਤ ਭਰਮ ਕਰੇਂਦੇ ਫਾਸ਼ਨ ਜਿਹੜਾ ਕਰਸੀ ਜੀ ਕਰਵਾਲੇ ਸੀ ਜ਼ੋਰੀ ਸੰਗਤ ਉਸਤਾਦ ਸਿਖਾਈ ਨਹੀਂ ਜ਼ਰ ਮਾਲ ਵਿਖਾ ਕੇ ਪੈਰ ਨ ਪਾਏ ਏਡੀ ਅਜਣ ਗਰੀਬੀ ਆਈ ਨਹੀਂ ਅਤੇ ਗੱਲ ਗੱਲ 'ਤੇ ਤਰਲੇ ਨਹੀਂ ਪੁੱਜਦੇ ਅਸਾਂ ਅੱਜ ਤਾਈਂ ਮਿੰਨਤ ਕਰਾਈ ਨਹੀਂ ਤਾਂ ਪੈਰੀਂ ਡਿੱਠਿਆਂ ਸੰਗਤ ਉਸਮਾਨ ਰਵੇ ਏਡੀ ਮੁੱਢੋ ਮਜਬੂਰੀ ਕਾਈ ਨਹੀਂ ਕਿਹੜੀ ਵਕਤ ਪੱਗ ਦੇ ਕੱਪੜੇ ਦੀ ਪਿਆ ਵਿਕਦਾ ਆਮ ਬਾਜ਼ਾਰ ਏ ਤੇ ਸਿਰ ਫਰਕੋ ਫਰਕੀ ਹੁੰਦੇ ਹਨ ਕਈ ਕੀਮਤੀ ਕਈ ਬੇਕਾਰ ਏ ਤੇ ਪੱਗ ਤਾਂ ਵੰਜ ਕੀਮਤੀ ਬਣਦੀ ਏ ਸਿਰ ਲੱਭਸ ਜੇ ਕੋਈ ਖੁਦਦਾਰ ਏ ਉਸਮਾਨ ਉਸ ਪੱਗ ਜਿਹੀ ਪੱਗ ਕੋਈ ਨਹੀਂ ਜਾਂਦੇ ਸਿਰ ਦਾ ਆਲਾ ਕਿਰਦਾਰ ਏ ਜਿਹੜਾ ਜਿਸਮ ਫਰੋਸ਼ ਅਮੀਰ ਹੋਵੇ ਨਹੀਂ ਕਾਬਿਲ ਸੰਗਤ ਦੀ ਪੱਗ ਦੇ ਤੇ ਤਾਬੇ ਹੁੰਦੇ ਨੇ ਤਗੜੀ ਕੀਮਤ ਦੇ ਹਿੱਕ ਨਾਲ ਮੁੱਢੋ ਨਹੀਂ ਤਗਦੇ ਤੇ ਭਲਾ ਨਸਲ ਉਸਮਾਨ ਵਟੀ ਸਕਦੀ ਭਾਵੇਂ ਕੰਨ ਚਾ ਕਪੀਏ ਡੱਗ ਦੇ ਕੁੱਤੇ ਸ਼ੇਰ ਦਾ ਗੋਸ਼ਤ ਖਾ ਸਕਦੇ ਨੇ ਪਰ ਸ਼ੇਰ ਸਦਾ ਨਹੀਂ ਸਕਦੇ ਜਦੋਂ ਵਖਤ ਉਸਮਾਨ ਚ ਮੂੰਹ ਪਰਤਨ ਧੱਕੇ ਲੋਕ ਮਰੇਂਦੇ ਡਿੱਠਣ ਅਤੇ ਜਿਹੜੇ ਹੱਥ ਕਦਮਾਂ 'ਤੇ ਰਹਿੰਦੇ ਹਨ ਗਲਵੀਣ ਨ ਪੈਂਦੇ ਡਿੱਠਣ ਅਤੇ ਜਿਹੜੇ ਤੀਨ ਤੇਰਾ ਵਿੱਚ ਨਹੀਂ ਆਉਂਦੇ ਉਹ ਵੀ ਤੰਜ਼ ਕਰੇਂਦੇ ਡਿੱਠਣ ਜਿਹਨੂੰ ਆਪਣੇ ਖੂਨ ਦੀ ਸੁਰਕ ਆਈ ਨਹੀਂ ਉਹ ਸ਼ਾਹ ਸਦ ਵਹਿੰਦੇ ਡਿੱਠਣ